ਲੁਧਿਆਣਾ ਦੇ ਪਿੰਡ ਸੀੜਾ ਵਿੱਚ ਗਰੇਵਾਲ ਦੇ ਕੁਆਟਰਾਂ ਵਿੱਚ ਰਹਿਣ ਵਾਲੀ ਇੱਕ ਮਹਿਲਾ ਦਾ ਉਸ ਦੇ ਘਰ ਵਿੱਚ ਹੀ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਤੇ ਅੱਜ ਆਪਣੀ ਕਾਰਵਾਈ ਕਰਦਿਆਂ ਲੁਧਿਆਣਾ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਆਰੋਪੀ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰੋਪੀ ਲੜਕਾ ਆਪਣੇ ਪਿਓ ਨਾਲ ਘਰ ਵਿੱਚ ਹੀ ਬੈਠ ਕੇ ਸ਼ਰਾਬ ਪੀ ਰਿਹਾ ਸੀ ਤੇ ਸ਼ਰਾਬ ਖਤਮ ਹੋਣ ਤੋਂ ਬਾਅਦ ਜਦੋਂ ਉਸ ਨੇ ਆਪਣੀ ਮਾਂ ਤੋਂ ਸ਼ਰਾਬ ਲਈ ਹੋਰ ਪੈਸੇ ਮੰਗੇ ਤਾਂ ਉਸ ਦੀ ਮਾਂ ਨੇ ਉਸ ਨੂੰ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੜਕੇ ਨੇ ਪਹਿਲਾਂ ਆਪਣੀ ਮਾਂ ਦੇ ਸਿਰ ਤੇ ਕੜਾਹੀ ਨਾਲ ਵਾਰ ਕੀਤੇ ਤੇ ਬਾਅਦ ਵਿੱਚ ਕਈ ਵਾਰ ਡੰਡੇ ਵੀ ਮਾਰੇ, ਜਿਸ ਨਾਲ ਉਸ ਦੀ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦਾ ਨਾਮ ਸਵਿਤਰੀ ਦੇਵੀ ਉਰਫ ਗੰਗੀ ਦੱਸਿਆ ਜਾ ਰਿਹਾ ਹੈ, ਜੋ ਕਿ ਝਾਰਖੰਡ ਦੀ ਰਹਿਣ ਵਾਲੀ ਸੀ। ਫੜਿਆ ਗਿਆ ਆਰੋਪੀ ਮ੍ਰਿਤਕ ਮਹਿਲਾ ਦਾ ਹੀ ਲੜਕਾ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ, ਜੋ ਕਿ ਸ਼ਰਾਬ ਪੀਣ ਦਾ ਆਦੀ ਹੈ। 10 ਤਰੀਕ ਦੀ ਰਾਤ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਸੀੜੇ ਪਿੰਡ 'ਚ ਕੁੱਕੂ ਗਰੇਵਾਲ ਦਾ ਡੇਰਾ ਹੈ, ਮਤਲਬ ਫਾਰਮ ਹਾਊਸ ਹੈ ਉਹਦਾ, ਫਾਰਮ ਆਲੂਆਂ ਦਾ, ਉੱਥੇ ਉਹਨੇ ਬਈਆਂ ਦੇ ਕੁਆਟਰ ਬਣਾਏ, ਉੱਥੇ ਇੱਕ ਲੇਡੀ ਦਾ ਮਰਡਰ ਹੋ ਗਿਆ। ਮੌਕੇ ਤੇ ਗਏ ਤੇ ਉੱਥੇ ਦੇਖਿਆ ਜਿਹੜੀ ਸਵਿਤਰੀ ਦੇਵੀ ਨਾਂ ਦੀ ਲੇਡੀ ਸੀ, ਉਹਦਾ ਸਿਰ ਦੇ ਵਿੱਚ ਸੱਟਾਂ ਮਾਰ ਕੇ ਮਰਡਰ ਹੋਇਆ ਸੀ ਤੇ ਉਹਦੇ ਹਸਬੈਂਡ ਦੇ ਬਿਆਨ ਤੇ ਕੇਸ ਰਜਿਸਟਰਡ ਕੀਤਾ ਸੀ ਤੇ ਦੌਰਾਨੇ ਤਫਤੀਸ਼ ਇਹ ਗੱਲ ਕਲੀਅਰ ਹੋਈ ਵੀ ਇਹ ਸਾਰੇ ਪਰਿਵਾਰ ਨੇ, ਮਤਲਬ ਉਹਦੇ ਹਸਬੈਂਡ ਨੇ ਸਵਿਤਰੀ ਦੇਵੀ ਦੇ ਈਮੇਲ ਲਏ ਤੇ ਜਿਹੜਾ ਉਹਦਾ ਬੇਟਾ ਹੈ ਦਿਲਪ੍ਰੀਤ, ਇਹਨਾਂ ਨੇ ਇਕੱਠਿਆਂ ਨੇ ਬੈਠ ਕੇ ਦਾਰੂ ਪੀਤੀ। ਦਾਰੂ ਪੀਣ ਤੋਂ ਬਾਅਦ ਪੈਸਿਆਂ ਦੇ ਲੈਣ ਦੇਣ ਨੂੰ ਝਗੜਾ ਹੋ ਗਿਆ, ਕਿਉਂਕਿ ਮੁੰਡਾ ਹੋਰ ਪੈਸੇ ਮੰਗਦਾ ਸੀ ਸ਼ਰਾਬ ਲੈਣ ਲਈ, ਲੇਕਿਨ ਮਾਂ ਨੇ ਮਨਾ ਕਰਤਾ ਤੇ ਉਹਨੇ ਗੁੱਸੇ 'ਚ ਆ ਕੇ ਕੜਾਹੀ ਚੁੱਕ ਕੇ ਪਹਿਲਾਂ ਤਾਂ ਸਿਰ 'ਚ ਮਾਰੀ ਉਹਦੇ, ਜਦੋਂ ਵੀ ਹੋ ਜਾਊਗੀ ਤੇ 4-5 ਡੰਡੇ ਉਹਦੇ ਸਿਰ 'ਚ ਮਾਰ ਦਿੱਤੇ, ਜਿਹਦੇ ਨਾਲ ਉਹਦੀ ਡੈਥ ਹੋ ਗਈ। ਉਹ ਤੋਂ ਬਾਅਦ 'ਚ ਜਦੋਂ ਪਿਓ ਉੱਥੇ, ਉਹ ਵੀ ਦਾਰੂ ਪੀਤੀ ਹੋਈ ਸੀ ਪਿਓ ਦੀ, ਤੇ ਜਦੋਂ ਉਹਨੂੰ ਥੋੜ੍ਹੀ ਜਿਹੀ ਹੋਸ਼ ਆਈ ਤੇ ਉਹਨੇ ਜਾ ਕੇ ਸੁਪਰਵਾਈਜ਼ਰ ਨੂੰ ਦੱਸਿਆ ਵੀ ਮੇਰੀ ਘਰਵਾਲੀ ਦੇ ਕਿਸੇ ਨੇ ਸੱਟਾਂ ਮਾਰਤੀ। ਇਹ ਗੱਲ ਬਾਅਦ 'ਚ ਫਿਰ ਜਦੋਂ ਕਲੀਅਰ ਹੋਈ, ਇਹ ਬਾਹਰੋਂ ਕਿਸੇ ਨੇ ਸੱਟਾਂ ਨਹੀਂ ਮਾਰੀਆਂ, ਇਹ ਉਹਦੇ ਮੁੰਡੇ ਨੇ ਜਿਹੜਾ ਮਰਨ ਵਾਲੀ ਦਾ ਮੁੰਡਾ ਦਿਲਪ੍ਰੀਤ ਹੈ, ਉਹਨੇ ਹੀ ਸੱਟਾਂ ਮਾਰ ਕੇ ਉਹਨੂੰ ਮਾਰਿਆ ਤੇ ਉਹਦੀ ਅਸੀਂ ਅੱਜ ਅਰੈਸਟ ਪਾਤੀ ਤੇ ਉਹਨੂੰ ਕੋਰਟ 'ਚ ਪੇਸ਼ ਕੀਤਾ ਤੇ ਉਹ ਜੁਵਨਾਇਲ ਹੈ, ਇਸ ਲਈ ਉਹਨੂੰ ਜੁਡੀਸ਼ਲ ਭੇਜਤਾ। ਜਿਹੜੀ ਦਾਰੂ ਤੇ ਬੀਅਰ ਉਹਨਾਂ ਨੇ ਲਿਆ ਕੇ ਪੀ ਲਈ ਸੀ, ਉਹ ਸਿਰਫ ਇਸ ਗੱਲ ਤੋਂ ਰੋਕਦੀ ਸੀ ਵੀ ਤੂੰ ਪੀਣੀ ਤੇ ਤੂੰ ਪੀ, ਲੇਕਿਨ ਤੂੰ ਪੈਸੇ ਆਪਣੇ ਖਰਚ ਕੇ ਬਾਕੀ ਜਿਹੜੇ ਨਾਲ ਦੇ ਲੇਬਰ ਵਾਲੇ ਉਹਨਾਂ ਨੂੰ ਤੂੰ ਦਾਰੂ ਪਿਲਾਉਣਾ, ਉਹ ਨਹੀਂ ਪੀਣਦੇ। ਤੇ ਉਹ ਦੁਬਾਰਾ ਹੋਰ ਪੈਸੇ ਮੰਗਦਾ ਸੀ, ਇਸ ਗੱਲ ਤੋਂ ਉਹਨੇ ਮਨਾ ਕਰਤਾ, ਉਹਨੇ ਗੁੱਸੇ 'ਚ ਆਇਆ ਤੇ ਉੱਥੇ ਪਤੀਲੀ ਪਈ ਸੀ ਜਿਹਦੇ ਸਬਜ਼ੀ ਸੁਬਜ਼ੀ ਬਣਾਉਂਦੇ ਹੋਣੇ ਕੁਆਟਰ 'ਚ, ਉਹ ਸਿਰ 'ਚ ਮਾਰੀ ਤੇ ਉਹ ਡਿੱਗ ਪਈ। ਉਹ ਤੋਂ ਬਾਅਦ ਡੰਡਾ ਪਿਆ ਸੀ 2 ਫੁੱਟ ਦਾ, ਉੱਥੇ ਉਹ ਚੱਕ ਕੇ 5-4 ਡੰਡੇ ਮਾਰਤੇ ਸਿਰ 'ਚ। ਉਹਨੇ ਫਿਰ ਸੁਪਰਵਾਈਜ਼ਰ ਨੂੰ ਦੱਸਤਾ ਵੀ ਮੇਰੇ ਮੁੰਡੇ ਨੇ ਇਹ ਸੱਟ ਮਾਰੀ, ਜਿਹੜੀ ਮੇਰੀ ਘਰਵਾਲੀ, ਜ਼ਿਲ੍ਹਾ ਹੈ ਝਾਰਖੰਡ ਦੇ ਕ੍ਰਿਸਚੀਅਨ ਹੈਗੇ ਉੱਥੋਂ ਦੇ, ਇੱਥੇ ਲੇਬਰ ਕਰ। ਨਹੀਂ ਨਹੀਂ ਹੋਰ ਨਸ਼ਾ ਕੋਈ ਨਹੀਂ, ਦੇਸੀ ਦਾਰੂ ਜਿਹੜੀ ਠੇਕੇ ਦੀ ਉਹ ਉਹੀ ਪੀਤੀ। ਦਿਲਪ੍ਰੀਤ ਅਬਾਊਟ 16 ਸਾਲ ਦਾ ਹੈ, 16 ਸਾਲ ਤੋਂ ਥੋੜੇ ਹਮੇਸ਼ਾ ਲਈ ਖਤਮ ਕਰ ਦਿੱਤਾ। ਈਵਨ ਪੰਜਾਬੀ ਟੀਵੀ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।